ਦੇ ਵਿੱਚ ਜਿਹੜਾ ਹਾਦਸਾ ਵਾਪਰਿਆ, ਬਿਲਕੁਲ ਲੁਧਿਆਣਾ ਤੇ ਤੁਹਾਡੇ ਹਲਕੇ ਚ ਵੀ ਕਾਫੀ ਇਨਵੈਸਟਮੈਂਟ ਹੈਗੀਆਂ ਟਿਊਸ਼ਨ ਸੈਂਟਰ ਨੇ। ਬਿਲਕੁਲ, ਮੈਂ ਬਹੁਤ ਅੱਛਾ, ਤੁਸੀਂ ਇੱਕ ਇਹ ਜ਼ਰੂਰੀ ਮਤਲਬ ਅੱਜ ਦੀ ਲੋੜ ਵਾਸਤੇ ਤੁਸੀਂ ਇਹ ਕੁਐਸਚਨ ਪੁੱਛਿਆ, ਉਹਦੇ ਵਾਸਤੇ ਮੈਂ ਮਾਣਯੋਗ ਡੀ ਸੀ ਸਾਹਿਬਾਂ ਨਾਲ ਸਵੇਰੇ ਕੀਤੀ ਆ ਗੱਲ, ਅਤੇ ਉਹਦੇ ਜਿੰਨੇ ਮੇਰੇ ਏਰੀਏ ਦੇ ਵਿੱਚ ਬੇਸਮੈਂਟਾਂ ਦੇ ਵਿੱਚ ਜਾਂ ਇਲੀਗਲ ਬਿਲਡਿੰਗਾਂ ਦੇ ਵਿੱਚ ਜਿੱਥੇ ਕੋਈ ਪਾਣੀ ਦੀ ਨਿਕਾਸੀ ਨਹੀਂ ਆ, ਕੋਈ ਐਮਰਜੈਂਸੀ ਡੋਰ ਨਹੀਂ ਹੈਗਾ, ਇਮੀਡੀਏਟ ਉਹਨਾਂ ਦਾ ਅਸੀਂ ਸਰਵੇ ਕਰਾ ਰਹੇ ਹਾਂ। ਕਾਰਪੋਰੇਸ਼ਨ ਦੀ ਨਾਲ ਬਿਲਡਿੰਗ ਬ੍ਰਾਂਚ ਹੋਏਗੀ, ਡੀ ਸੀ ਮੈਡਮ ਨਾਲ ਵੀ ਗੱਲ ਹੋਈ, ਅਤੇ ਕਮਿਸ਼ਨਰ ਸਾਹਿਬ ਨਾਲ ਹੁਣ 1 ਵਜੇ ਮੇਰੀ ਮੀਟਿੰਗ ਆ, ਮੈਂ ਕਰਨ ਜਾ ਰਿਹਾ, ਜਿਹਦੇ ਵਿੱਚ ਕਿ ਖਾਸ ਤੌਰ 'ਤੇ ਜਿੰਨੇ ਸਾਡੇ ਬੱਚੇ ਜਿੱਥੇ ਇੱਥੇ ਜਿਹੜੇ ਜਿਹੜੇ ਟਿਊਸ਼ਨ ਸੈਂਟਰ 'ਚ ਪੜ੍ਹਨ ਜਾਂਦੇ ਆ, ਉਹ ਬਿਲਡਿੰਗਾਂ ਨੂੰ ਇਮੀਡੀਏਟ ਚੈੱਕ ਕਰਾਵਾਂਗੇ, ਔਰ ਜਿੱਥੇ ਸਾਨੂੰ ਲੱਗਿਆ ਵੀ ਕੋਈ ਬਿਲਡਿੰਗ ਇਲੀਗਲ ਜਾਂ ਉਹ ਅਲੱਗ ਗੱਲ ਹੈ ਇਲੀਗਲ ਵਾਲੀ, ਮਤਲਬ ਵੀ ਜਿਹਦੇ ਨਾਲ ਕੋਈ ਜਾਤੀ ਜਾਨੀ ਨੁਕਸਾਨ ਹੋਣ ਦਾ ਡਰ ਆ, ਇਮੀਡੀਏਟ ਉਹਨੂੰ ਸੀਲ ਕਰਾਵਾਂਗੇ। ਐਮਐਲਏ ਸਾਹਿਬ, ਜ਼ਿਆਦਾਤਰ ਤੁਹਾਡੇ ਹਲਕੇ ਦੇ ਵਿੱਚ ਟਿਊਸ਼ਨ ਸੈਂਟਰ ਆ, ਫਾਇਰ ਦੀ ਉੱਥੇ ਕੋਈ ਫੈਸਿਲਿਟੀ ਨਹੀਂ ਹੈਗੀ, ਕਿ ਮਤਲਬ ਅੱਜ ਹੀ ਮੇਰੀ ਕਮਿਸ਼ਨਰ ਸਾਹਿਬ ਨਾਲ ਇਸ ਮਸਲੇ ਦੇ ਸਵੇਰੇ ਫੋਨ 'ਤੇ ਗੱਲ ਹੋਈ ਆ, ਪਰ ਹੁਣ ਮੈਂ ਫਿਜ਼ੀਕਲੀ ਮਿਲ ਕੇ ਉਹਨਾਂ ਨੂੰ ਇਸ ਤੋਂ ਬਾਅਦ ਤੁਹਾਡੇ ਤੋਂ ਬਾਅਦ ਮੈਂ ਬਿਲਕੁਲ ਸਾਰੇ ਜਿੰਨੇ ਸਰਵੇ ਅੱਜ ਤੋਂ ਨਹੀਂ ਤਾਂ ਕੱਲ੍ਹ ਤੋਂ ਸ਼ੁਰੂ ਹੋ ਜਾਣੇ ਆ, ਜਿੰਨੀਆਂ ਟਿਊਸ਼ਨ ਮਾਰਕੀਟ ਹੋ ਗਈ ਆਪਣੇ ਮਾਲਟਨ ਐਕਸਟੈਂਸ਼ਨ ਦੇ ਵਿੱਚ, ਜਿਹੜੀ ਹੈਗੀ ਹੈ ਸਰਾਭਾ ਨਗਰ ਹੋ ਗਿਆ, ਫਿਰੋਜ਼ ਗਾਂਧੀ ਮਾਰਕੀਟ ਹੋ ਗਿਆ, ਕਿਚੜੂ ਨਗਰ ਹੋ ਗਿਆ, ਰਿਸ਼ੀ ਨਗਰ ਹੋ ਗਿਆ, ਜਿੱਥੇ ਇੱਥੇ ਟਿਊਸ਼ਨ ਹੱਬ ਨੇ, ਸਾਡੇ ਸਟੱਡੀ ਹੱਬਸ ਨੇ, ਉੱਥੇ ਪ੍ਰੋਪਰ ਕਾਰਪੋਰੇਸ਼ਨ ਦੇ ਆਫਿਸਰਸ ਔਰ ਡੀ ਸੀ ਬ੍ਰਾਂਚ ਦੇ ਆਫਿਸ ਔਰ ਫਾਇਰ ਬ੍ਰਿਗੇਡ ਦੇ ਸਾਰੀ ਪੂਰਾ ਕੁਨਬਾ ਜਾਏਗਾ, ਪੂਰੀ ਬਿਲਡਿੰਗ ਚੈੱਕ ਕਰੇਗਾ ਵੀ ਸੇਫਟੀ ਵਾਈਜ਼, ਕਿਉਂਕਿ ਅੱਗੋਂ ਆਉਣ ਵਾਲਾ ਟਾਈਮ ਬੜਾ, ਮੈਨੂੰ ਜੋ ਪਤਾ ਲੱਗਿਆ ਮੌਸਮ ਵਿਭਾਗ ਤੋਂ ਵੀ ਫਲੱਡਸ ਆਉਣ ਦੀ ਵੀ ਹੈ, ਵੀ ਪਾਣੀ ਜ਼ਿਆਦਾ ਆ ਸਕਦਾ। ਸਰ, ਜਿਸ ਤਰ੍ਹਾਂ ਤੁਸੀਂ ਹੁਣ ਗੱਲ ਕੀਤੀ ਕਿ ਹੁਣ ਜਿਹੜੀ ਇਹ ਚੈਕਿੰਗ ਕੀਤੀ ਜਾਊਗੀ, ਪਰ ਜਦੋਂ ਬਣਦੀਆਂ ਨੇ ਬਿਲਡਿੰਗਾਂ ਉਦੋਂ ਬੇਨੀਮਾਂ ਹੁੰਦੀਆਂ ਨੇ? ਬਿਲਕੁਲ ਹੁੰਦੀਆਂ ਨੇ, ਉਹਦੇ ਜ਼ਿੰਮੇਵਾਰ ਦੇਖੋ ਸਿੱਧੇ ਤੌਰ 'ਤੇ ਕਾਰਪੋਰੇਸ਼ਨ ਦੇ ਅਫਸਰ ਹੁੰਦੇ ਆ, ਇੱਕ ਦਿਨ 'ਚ ਕੋਈ ਬਿਲਡਿੰਗ ਬਣਦੀ ਨਹੀਂ, ਔਰ ਨਾ ਬਦਨਾਮ ਹੁੰਦਾ ਤੁਹਾਡੇ ਸਾਡੇ ਵਰਗਿਆਂ ਦਾ, ਜਦੋਂ ਬਿਲਡਿੰਗ ਬਣਦੀ ਆ ਜਾਂ ਤਾਂ ਉਦੋਂ ਹੀ ਰੋਕਿਆ ਜਾਵੇ, ਜਦੋਂ ਬਣ ਜਾਂਦੀ ਹੈ ਤਿਆਰ ਹੋ ਜਾਂਦੀ ਹੈ ਲੋਕ ਉੱਥੇ ਰਹਿਣ ਲੱਗ ਜਾਂਦੇ ਨੇ, ਫਿਰ ਤੁਸੀਂ ਕਦੇ ਸੀਲ ਲਾ ਜਾਂਦੇ ਹੋ ਅਤੇ ਕਦੇ ਤੁਸੀਂ ਫਿਰ ਬਲਡੋਜ਼ਰ ਲੈ ਜਾਂਦੇ ਹੋ, ਕਾਲਾ ਪੀਲਾ ਪੰਜਾ ਲੈ ਜਾਂਦੇ ਹੋ, ਇਹ ਬਿਲਕੁਲ ਗਲਤ ਗੱਲ ਆ। ਜਿਹਦੀ ਟਨੇਓ 'ਚ ਗਲਤ ਬਿਲਡਿੰਗ ਬਣੀ ਆ ਉਹ ਅਫਸਰ ਦੇ ਉੱਤੇ ਕਾਰਵਾਈ ਕਾਨੂੰਨੀ ਹੋਣੀ ਚਾਹੀਦੀ ਹੈ। ਬਿਲਕੁਲ, ਜਿਹੜੀ ਬਿਲਕੁਲ ਮੈਂ ਉੱਧਰ ਜਿੱਦਣ ਵਿਧਾਨ ਸਭਾ ਕਮੇਟੀ ਸੀ, ਮੈਂ ਉੱਧਰ ਵੀ ਕਮਿਸ਼ਨਰ ਸਾਹਿਬ ਨੂੰ ਨੋਟ ਕਰਾਇਆ, ਜਦੋਂ ਮੈਨੂੰ ਪੁੱਛਿਆ ਗਿਆ ਜਨ ਧੈਸ਼ੀ ਵੱਲੋਂ ਕਿ ਵੀ ਕੋਈ ਬਿਲਡਿੰਗ ਬਾੜੇ ਵਾਲ ਬਣਦੀ ਆ, ਮੈਂ ਕਿਹਾ ਇਹਨੂੰ ਫੌਰੀ ਤੌਰ 'ਤੇ ਚੈੱਕ ਕਰੋ, ਮੈਂ ਕੋਈ ਗੱਲ ਨਹੀਂ। ਐਮਐਲਏ ਸਾਹਿਬ, ਇੱਕ ਹਫ਼ਤੇ ਦਾ ਸਮੇਂ ਹੋ ਗਿਆ ਦਿੱਲੀ ਦੇ ਵਿੱਚ ਇਸ ਹਾਦਸੇ ਨੂੰ, ਹੁਣ ਤੁਸੀਂ ਕਹਿੰਦੇ ਹੋ ਕਿ ਮਾਮਲਾ ਧਿਆਨ 'ਚ ਆਇਆ, ਅਸੀਂ ਜਾਵਾਂਗੇ, ਲੱਗਦਾ ਨਹੀਂ 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 ਇੱਦਾਂ ਨਹੀਂ ਹੈਗਾ, ਦੇਖੋ ਸਾਡੇ ਧਿਆਨ 'ਚ ਹੈਗਾ ਵੀ ਛੁੱਟੀਆਂ ਸੀ, ਸ਼ਨੀ ਐਤਵਾਰ ਦੀ ਛੁੱਟੀ ਸੀ, ਸੁਣ ਲਓ, ਉਸ ਤੋਂ ਪਹਿਲਾਂ ਕਮਿਸ਼ਨਰ ਸਾਹਿਬ ਇੱਥੇ ਹੈ ਨਹੀਂ ਜੀ, ਪਤਾ ਕਰ ਲਓ, ਰਿਕਾਰਡ ਚੈੱਕ ਕਰ ਲਓ, ਚੰਡੀਗੜ੍ਹ ਗਏ ਸੀ ਇੱਕ ਦਿਨ, ਫਿਰ ਉਹ ਉਹਨਾਂ ਦੀ ਸ਼ਹਾਦਤ ਸੀਗੀ ਇੱਥੇ ਆਪਣੇ ਕੀ ਕਹਿੰਦੇ ਜਲੰਧਰ, ਕੱਲ੍ਹ ਚੈੱਕ ਕਰ ਸਕਦੇ ਹੋ, ਕੱਲ੍ਹ ਜਲੰਧਰ ਸੀਗੇ ਉਹ, ਠੀਕ ਹੈ, ਇਸ ਕਰਕੇ ਆਫਿਸਰਸ ਟੇਬਲ 'ਤੇ ਬੈਠੇਗਾ ਤਾਂ ਹੀ ਗੱਲ ਹੁੰਦੀ ਹੈ ਨਾ, ਫੋਨ 'ਤੇ ਉਹਨਾਂ ਨਾਲ ਗੱਲ ਹੋ ਚੁੱਕੀ ਆ, ਪਰ ਫਿਜ਼ੀਕਲੀ ਅੱਜ ਮਿਲ ਕੇ ਵਿਸਤਾਰਪੂਰਵਕ, ਬਿਲਕੁਲ ਐਕਸ਼ਨ ਮੋਡ 'ਚ ਆ, ਤੁਸੀਂ ਬੇਸ਼ੱਕ ਆ ਜਾਓ ਉੱਥੇ ਘੱਟ ਤੱਕ।